ਕਾਲ ਭਗਤਾਂ ਜੁਗੋਂ ਜੁਗ ਨਿਰਾਲੀ। ਇਹ ਵਿਆਖਿਆ ਤੀਜੇ ਪਾਤਸ਼ਾਹ ਜੀ ਨੇ ਕੀਤੀ। ਪੰਜਵੇਂ ਪਾਤਸ਼ਾਹ ਮਹਾਰਾਜ ਇਸ ਲਈ ਸੁਖਮਨੀ ਸਾਹਿਬ ਪੜ੍ਹਦੇ ਹਾਂ ਅਸੀਂ ਤੇ ਵਿਆਖਿਆ ਕਰਦੇ ਨੇ, ਜੰ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ। ਜੇ ਯਾਦ ਨੇ ਪੰਕਤੀਆਂ ਤੇ ਬੋਲੋ, ਜੰ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ। ਭਗਤ ਭਗਤ ਸੁਣੀਐ ਤੇ ਲੋਏ, ਜੰ ਕੈ ਹਿਰਦੈ ਏਕੋ ਹੋਏ ਸੱਚ ਕਰਨੀ ਸੱਚ ਤੰ ਕੀ ਰਹਿਤ। ਸੱਚ ਹਿਰਦੈ ਸੱਚ ਮੁਖ ਕੈਤ, ਸੱਚੀ ਦ੍ਰਿਸ਼ਟ ਸੱਚਾ ਆਕਾਰ, ਸੱਚ ਵਰਤੈ ਸੱਚ ਅਪਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ। ਉਹ ਹੈ ਭਗਤ। ਔਰ ਤੁਸੀਂ ਦੇਖਣਾ ਇਹਦੇ ਵਿੱਚ ਕਿਤੇ ਵੀ ਜਿਹੜੇ ਭਾਰਤ ਵਿੱਚ ਮੰਨੇ ਜਾਣ ਵਾਲੇ ਪ੍ਰਚਲਿਤ ਭਗਤ ਸਨ ਨਾ, ਭਾਵੇਂ ਉਹ ਟਿੱਕੇ ਲਾਉਣ ਵਾਲੇ ਸਨ ਤੇ ਮਾਲਾ ਪਾਉਣ ਵਾਲੇ ਸਨ ਤੇ ਕੇਸ ਕੋਈ ਐਂ ਖਿਲਾਰਨ ਵਾਲਾ ਤੇ ਕੋਈ ਐਂ ਕਰਨ ਵਾਲਾ ਤੇ ਕੋਈ ਕੁਝ ਕਰਨ ਵਾਲਾ, ਕਿਸੇ ਦਾ ਜ਼ਿਕਰ ਆਇਆ? ਕੋਈ ਕਿਸੇ ਦਾ ਕੋਈ ਜ਼ਿਕਰ ਨਹੀਂ ਆਇਆ। ਅਸਲ ਵਿੱਚ ਗੁਰੂ ਨਾਨਕ ਦੀ ਭਗਤੀ ਤੇ ਗੁਰੂ ਨਾਨਕ ਕਿਆਂ ਦੀ ਭਗਤੀ ਉਸ ਭਗਤੀ ਵਰਗੀ ਭਗਤੀ ਨਹੀਂ ਜਿਹੜੀ ਭਾਰਤ ਵਿੱਚ ਪ੍ਰਚਲਿਤ ਸੀ। ਇਹ ਸਾਨੂੰ ਨਾ ਭੰਬਲ ਭੂਸੇ ਵਿੱਚ ਪਾ ਕੇ ਨਾ ਉਸ ਭਗਤੀ ਵਿੱਚ ਵੜਨ ਵਾੜਨ ਵਾਸਤੇ ਕਈ ਜਿਹੜੇ ਅੰਸਰ ਨੇ ਹਮੇਸ਼ਾ ਬੜੇ ਤਿਆਰ ਰਹਿੰਦੇ ਨੇ। ਕਈ ਵਾਰੀ ਅਸੀਂ ਆਪ ਅਗਿਆਨਤਾ ਕਰਕੇ ਵਿੱਚ ਜਾ ਵੜਦੇ ਹਾਂ, ਉਹ ਜੀਆਂ ਹਰਕਤਾਂ ਅਸੀਂ ਕਰਨ ਲੱਗ ਪੈਂਦੇ ਹਾਂ। ਪਰ ਪਿਆਰਿਓ, ਗੁਰੂ ਨਾਨਕ ਦੀ ਭਗਤੀ ਇਹੋ ਜਿਹੀ ਭਗਤੀ ਹੈ। ਮੈਂ ਇੱਕ ਛੋਟੀ ਜਿਹੀ ਉਦਾਹਰਣ ਦੇ ਦਿਆਂ, ਸਾਡੇ ਸਾਰਿਆਂ ਨੂੰ ਆਮ ਤੌਰ 'ਤੇ ਪਤਾ ਹੈ ਅੰਮ੍ਰਿਤਸਰ ਸਾਹਿਬ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਚਰਨ ਪਾਏ, ਦੂਜਿਆਂ ਨੇ ਚਰਨ ਪਾਏ, ਤੀਜਿਆਂ ਨੇ ਚਰਨ ਪਾਏ, ਚੌਥਿਆਂ ਨੇ ਚਰਨ ਪਾਏ, ਪੰਜਵਿਆਂ ਨੇ ਚਰਨ ਪਾਏ, ਸੁਖਾਨ ਜਿਹੜਾ ਸੀ ਸਾਰਾ ਸ਼ੋਭਨੀਕ ਹੋਇਆ, ਇਸੇ ਤਰ੍ਹਾਂ ਛੇਵਿਆਂ ਦੇ ਆਗਾ, ਫਿਰ ਨੌਵਿਆਂ ਦੇ, ਫਿਰ ਦਸਵਿਆਂ ਦੇ, ਨੌਵਿਆਂ ਦੇ ਪਾਤਸ਼ਾਹ ਜੀ ਦੇ। ਪਰ ਇਸ ਨਗਰ ਦੇ ਵਿੱਚ ਨਾ ਕੁਝ ਹੋਰ ਸ਼ਖਸੀਅਤਾਂ ਹੋਈਆਂ ਜਿਨ੍ਹਾਂ ਦੇ ਨਾਲ ਨਾ ਇਸ ਨਗਰ ਦਾ ਹੋਰ ਨਾਮ ਪ੍ਰਸਿੱਧ ਹੋਇਆ, ਸਤਿਕਾਰ ਦੀਆਂ ਨਿਗਾਹਾਂ ਦੇ ਨਾਲ ਦੇਖਿਆ ਗਿਆ ਇਸ ਨਗਰ ਨੂੰ। ਔਰ ਉਹਨਾਂ ਸ਼ਖਸੀਅਤਾਂ ਦੇ ਵਿੱਚੋਂ ਇੱਕ ਸ਼ਖਸੀਅਤ ਨੇ ਪੂਰਨ ਸਿੰਘ ਜੀ, ਜਿਨ੍ਹਾਂ ਨੇ ਪਿੰਗਲਵਾੜਾ ਤੋਰਿਆ। ਹਾਂਜੀ, ਅਜੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੰਥਲੀ ਹਰ ਮਹੀਨੇ ਚੰਗੀ ਰਕਮ ਜਿਹੜੀ ਹੈ ਪਿੰਗਲਵਾੜੇ ਦੇ ਵਾਸਤੇ ਸੇਵਾ ਲਈ ਭੇਜੀ ਜਾਂਦੀ ਹੈ, ਮੁਲਤਾਂ ਤੋਂ ਲੈ ਕੇ ਇਵੇਂ ਚੱਲਦਾ ਪਿਆ। ਔਰ ਉਹਨਾਂ ਦੇ ਨਾਮ ਦੇ ਨਾਲ ਇੱਕ ਵਿਸ਼ੇਸ਼ਣ ਜੁੜ ਗਿਆ। ਕਿਹੜਾ ਵਿਸ਼ੇਸ਼ਣ ਸੀ ਭਲਾ? ਭਗਤ ਪੂਰਨ ਸਿੰਘ। ਹਾਂਜੀ, ਮੈਨੂੰ ਖੁਦ ਇੱਕ ਵਾਰ ਉਹਨਾਂ ਦੇ ਨਾਲ ਨਾ ਰਲ ਬੈਠਣ ਦਾ ਮੌਕਾ ਬਣਿਆ। ਇਸ ਪਾਸੇ ਘੰਟਾ ਘਰ ਦੀ ਜਿਹੜੀ ਬਾਹੀ ਹੈ, ਘੰਟਾ ਘਰ ਦੇ ਨਾ ਬਾਹਰ ਉਹ ਬਾਟਾ ਜਿਹਾ ਲੈ ਕੇ ਬੈਠੇ ਹੁੰਦੇ ਸਨ ਸੇਵਾ ਇਕੱਠੀ ਕਰਨ ਵਾਸਤੇ। ਮੈਂ ਕੋਲ ਬੈਠਾ ਹੋਇਆ ਅਤੇ ਬਸ ਮੈਂ ਉਸ ਦਿਨ ਮਹਿਸੂਸ ਕੀਤਾ, ਬੜੇ ਜਜ਼ਬਾਤੀ ਵੀ ਬਹੁਤ ਜ਼ਿਆਦਾ ਸਨ। ਕਹਿਣ ਲੱਗੇ, ਗਿਆਨੀ ਸਿੰਘ ਜੀ, ਮੈਨੂੰ ਨਾ ਇੱਕ ਜਨਮ ਹੋਰ ਲੈਣਾ ਪੈਣਾ, ਮੈਨੂੰ ਐਂ ਜਾਪਦਾ ਹੈ। ਮੈਂ ਕਿਹਾ, ਭਗਤ ਜੀ ਉਹ ਕਿਉਂ? ਕਹਿੰਦੇ ਨੇ, ਮੈਂ ਨਾ ਜਿਵੇਂ ਬਾਕੀ ਸਿਮਰਨ ਕਰਦੇ ਨੇ, ਮੈਂ ਉਵੇਂ ਸਿਮਰਨ ਨਹੀਂ ਕਰ ਸਕਿਆ। ਭਗਤ ਜੀ ਨੇ ਵਚਨ ਕੀਤਾ, ਮੈਂ ਤਾਂ ਹੁਣ ਨਿਆਣਾ ਜਿਹਾ ਛੋਟਾ ਜਿਹਾ ਉਹਨਾਂ ਦੇ ਸਨਮੁਖ ਮੈਂ ਕੀ ਸਾਂ, ਪਰ ਮੈਂ ਹੱਥ ਜੋੜ ਕੇ ਆਖਿਆ, ਮੈਂ ਕਿਹਾ ਭਗਤ ਜੀ, ਸਿਮਰਨ ਕਰਕੇ ਸਿਮਰਨ ਵਾਲੇ ਜਿੱਥੇ ਪਹੁੰਚਦੇ ਨੇ ਨਾ, ਤੁਸੀਂ ਡੇਰਾ ਸਾਹਿਬ ਪਹੁੰਚ ਕੇ ਹੀ ਉੱਥੇ ਪਹੁੰਚ ਗਏ ਸੋ। ਸਿੰਘ ਸਾਹਿਬ ਅੱਛਰ ਸਿੰਘ ਹੋਰਾਂ ਦੀ ਪ੍ਰੇਰਣਾ ਦੇ ਸਦਕਾ ਤੁਸੀਂ ਉੱਥੇ ਪਹੁੰਚ ਗਏ ਸੋ। ਇਉਂ ਨਾ ਸੋਚੋ ਤੁਸੀਂ। ਖੈਰ, ਉਹਨਾਂ ਨੇ ਹੋਰ ਆਪਣੀਆਂ ਮਜਬੂਰੀਆਂ ਜ਼ਾਹਰ ਕੀਤੀਆਂ, ਮੈਂ ਇੱਥੇ ਬੈਠਾ ਰਹਿੰਦਾ, ਫਿਰ ਮੈਂ ਪਿੰਗਲਵਾੜੇ ਚਲਾ ਜਾਂਦਾ। ਮੈਂ ਕਹਿੰਦਾ, ਮੈਂ ਹੋਰ ਸੇਵਾ ਕਰ ਲਵਾਂ, ਕੋਈ ਲੂਲਾ ਪਿੰਗਲਾ ਰਹਿ ਨਾ ਜਾਵੇ। ਮੈਂ ਨਾ, ਜੇ ਮੇਰੇ ਕੋਲ ਸਮਾਂ ਹੋਵੇ ਤਾਂ ਮੈਂ ਵੀ ਹਰਿਮੰਦਰ ਸਾਹਿਬ ਅੰਦਰ ਜਾ ਕੇ ਚੌਂਕੜਾ ਮਾਰ ਕੇ ਬੈਠ ਕੇ ਮੈਂ ਸੁਣਿਆ ਕਰਾਂ ਨਾ। ਇਹ ਮੇਰੀ ਭਾਵਨਾ ਰਹਿ ਗਈ ਹੈ, ਮੈਨੂੰ ਜਾਪਦਾ ਮੈਨੂੰ ਇੱਕ ਜਨਮ ਹੋਰ ਲੈਣਾ ਪੈਣਾ। ਇਹ ਉਦਾਹਰਣ ਦੇਣ ਤੋਂ ਮੇਰਾ ਕੀ ਭਾਵ ਹੈ? ਜਿਹੜੀ ਪ੍ਰਚਲਿਤ ਭਗਤੀ ਹੈ ਨਾ, ਉਸ ਭਗਤੀ ਵਿੱਚ ਉਹ ਵਿਸ਼ਵਾਸ ਨਹੀਂ ਰੱਖਦੇ ਸਨ, ਪਰ ਗੁਰੂ ਨਾਨਕ ਦੇ ਸਿੱਖਾਂ ਨੇ ਸਾਰਿਆਂ ਨੇ ਉਹਨਾਂ ਦਾ ਨਾਮ ਭਗਤ ਪਾ ਦਿੱਤਾ। ਪਰ ਐਵੇਂ ਨਹੀਂ ਪਿਆ, ਅਸਲ ਵਿੱਚ ਇਹੀ ਭਗਤੀ ਹੈ, ਇਹੀ ਭਗਤੀ ਹੈ। ਔਰ ਹਜ਼ੂਰ ਨੇ ਅੱਜ ਆਖਿਆ, ਧੰਨ ਗੁਰੂ ਅਰਜਨ ਸਾਹਿਬ ਜੀ ਨੇ,
नाम निधान अपार शुभ गुणा वाला खजाना जड़ा है ना, यह किथे वसदा है, निवास करता है। भगता मन वसै है, हर जन्म मरण मो दुख साधु संघ नसै। जिन्हों भगतों के अंदर वस जाता है उन्होंने अंदरों वो निकल जाता है, ना शरीर का मोह रहा ना संसार का मोह रहा, सब कुछ वारन लिए तैयार हो गया। अपन जवानियां भी लिखे ला दतिया उन्होंने, और जमन मरण तो मुक्त हो गया। हूँ बाकी शब्द में की आख्या है, इसका विस्तार दिता गुरु पातशाह जी ने। आओ आप विचारीए कुछ समय अनुसार, जो होर गुरु पातशाह बचन करवाएंगे आप करिए। मैं भाई साहब को बेनती करता, सानू सरवण करवाओ, आप जी सारे रसना पवित्र करदे होया होर एकाग्रता विच आओ। बोलो जी वाहेगुरु, बोलो जी, बोलो जी। सोहे महला पंजवा। शब्द गायन करन लगे हैं, सूही राग विच गायन कीता जावे, और उच्चारण करता ने धन गुरु अर्जन साहब सच्चे पातशाह महाराज। सिमृत वेद पुराण पुकारन पोथिया। सिमृति वेद पुराण वध घट गिनती भी हो सकती है, लेकिन आम तौर पर जिहड़ी गिनती है चार वेद आखे गए, 27 सिमृतियां आखिया गई, 18 पुराण आखे गए। जिहड़े सज्जन कितें इस पासे पए ने कंपैरेटिव स्टडी करन वास्ते, उन्हां नूं पता है कि गिनती वध घट भी हैगी है। हजूर कहिंदे ने कोई सज्जन सिमृतियां पढ़ लवे, वेद पढ़ लवे, पुराण पढ़ लवे, ते उन्हां दा जिक्र करदिआं होइआं आखे की आखे, यह ब्रैकट विच है। आखे यह कि तुसीं फलाणा कर्म करो, तुसीं फलाणा कर्म करो, तुसीं फलाणा कर्म करो, तुसीं फलाणा कर्म करो, जिन्हों कर्म कांड आख्या गया ऐ करो। पंजवें पातशाह महाराज ने आख्या नहीं, जे उसने सिमरतियां पढ़िया होंदियां, जे वेद पढ़े होंदे, जे पुराण पढ़े होंदे, ते तत गल उहदे हथ विच आई होंदी। जिवें तीजे पातशाह कहिंदे ने वेदां मह नाम उत्तम सो सुने नाहीं फिर हे ज्यों बेतालिया। मैं फिर बेनती करदा जिहड़े सजना ने नहीं पढ़िया, ठीक है आम नूं पढ़न की लोड़ नहीं, पर जे कोई स्टडी करनी चाहे कंपैरेटिवली स्टडी करे, अथर्ववेद दे विच ना मंत्रां दा बड़ा जिक्र किया गया बहुत ज़्यादा। भाई गुरदास जी ने जिक्र किया चौथे पातशाह जी के बाबत, दीन दुनी दा थम होए पार अथर्वण थम खलोता। सिखां नूं इस पासिओं हड़ के वरग वज के शब्द नाल जोड़ दिता, नाम नाल जोड़ दिता। यजुर्वेद जिस दे विच यग वगैरह किवें कीते जाने चाहिए ने, होम किवें कीता जाना चाहिए वगैरह, बहुत लंबा चौड़ा विस्तार है। इस तरह बाकी दोहां वेदां की गल हैगी है, पर यह ध्यान रखने वाली है उहदे विच एक परमेशर दे नाल जुड़न की गल भी आखी हुई है, आखी हुई उस विच। ਇਹ ਗੱਲ ਇਵੇਂ ਹੈ ਜਿਵੇਂ ਕੋਈ ਆਖੇ ਕਿ ਕੁਰਾਨ ਸ਼ਰੀਫ ਦੇ ਵਿੱਚ, ਪਵਿੱਤਰ ਕੁਰਾਨ ਦੇ ਵਿੱਚ ਖੁਦਾ ਦੀ ਅੱਲਾਹ ਦੀ ਗੱਲ ਹੀ ਕੋਈ ਨਹੀਂ ਆਖੀ ਕਿ ਮੇਰੀ ਸ਼ਰ੍ਹਾਂ ਹੀ ਸ਼ਰ੍ਹਾਂ ਆਖੀ ਹੈ, ਤਾਂ ਇਹ ਗੱਲ ਸੱਚ ਤਾਂ ਨਹੀਂ ਨਾ ਹੈਗੀ। ਜੇ ਕੋਈ ਆਖੇ ਅੰਜੀਲ ਦੇ ਵਿੱਚ, ਬਾਈਬਲ ਦੇ ਵਿੱਚ ਇੱਕ ਖੁਦਾ ਦੀ ਔਲ ਮਾਈਟੀ ਦੀ ਗੱਲ ਕੀਤੀ ਨਹੀਂ ਹੋਈ, ਇਹ ਗੱਲ ਠੀਕ ਤਾਂ ਨਹੀਂ ਨਾ ਹੈਗੀ। ਭਾਵੇਂ ਕਥਾ ਕਹਾਣੀਆਂ ਹੋਰ ਬਹੁਤ ਸਾਰੀਆਂ ਨੇ, ਪਰ ਇਹ ਸਾਡੇ ਗੁਰੂ ਕੇ ਸਿੱਖਾਂ ਦੇ ਸਮਝਣ ਵਾਸਤੇ, ਗੁਰੂ ਕੇ ਸਿੱਖਾਂ ਵਾਸਤੇ ਸੌਖੇ ਬਣ ਕੇ ਚੱਲਣ ਲਈ ਸਤਿਗੁਰੂ ਜੀ ਨੇ ਇਹ ਗੁਰਮਤਿ ਮਾਰਗ ਤੋਰਿਆ, ਜਿੱਥੇ ਹੋਰ ਕਥਾ ਕਹਾਣੀਆਂ ਵਿੱਚ ਨਹੀਂ ਲਿਆਂਦੀਆਂ, ਸਿਫਤ ਸਲਾਹ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਾਨਕ ਕਹਿ ਕਰ ਕੇਵਲ ਨਾਂ। ਇੱਥੇ ਵਾਹਿਗੁਰੂ ਜੀ ਦੀ ਸਿਫਤ ਸਲਾਹ, ਇੱਥੇ ਕੋਈ ਕਰਮ ਕਾਂਡ ਨਹੀਂ। ਇਹ 2-3 ਦਿਨ ਪਹਿਲਾਂ ਇੱਕ ਸ਼ਬਦ ਆਇਆ ਸੀ, ਤੁਸਾਂ ਨੇ ਜ਼ਰੂਰ ਵਿਚਾਰਿਆ ਸੀ, ਕਰਮ ਧਰਮ ਪਾਖੰਡ ਜੋ ਦਿਸੇ ਤਿੰਨ ਜਮ ਜਾਗਾਤੀ ਲੁੱਟ ਹੈ, ਤੁਸਾਂ ਨੇ ਜ਼ਰੂਰ ਵਿਚਾਰਿਆ ਸੁਣਿਆ ਹੋਏਗਾ। ਹਜ਼ੂਰ ਨੇ ਆਖਿਆ ਜਿਤਨੀਆਂ ਇਹ ਧਰਮ ਪੁਸਤਕਾਂ ਨੇ, ਹੁਣ ਮੇਰੇ ਵਰਗੇ ਪੜ੍ਹਨ ਵਾਲੇ ਅਣਜਾਣ ਜਿਹੇ ਬੰਦੇ, ਜਾਂ ਆਪਣਾ ਰੁਝਾਨ ਰੱਖਣ ਵਾਲੇ, ਜਾਂ ਉਲਾਰੂ ਸੋਚਣ ਵਾਲੇ, ਜਾਂ ਫਰਕ ਰੱਖ ਕੇ ਸੋਚਣ ਵਾਲੇ, ਅਤੇ ਐਵੇਂ ਝਗੜੇ ਕਰਨ ਲੱਗ ਪੈਣ, ਅਤੇ ਪੰਜਵੇਂ ਪਾਤਸ਼ਾਹ ਹਜ਼ੂਰ ਕਹਿੰਦੇ ਨੇ ਨਹੀਂ, ਯਾਦ ਰੱਖਿਓ ਜੇ ਤੁਸੀਂ, ਹਾਂਜੀ,
नाम बिना सब कूड़ गाली होचिया। वाहिगुरु जी दी सिफत सलाह तो बिना जितनिया गल्लां करनिया ने बाकी ये सारिया होछिया ने। होछी अर्थ आम तौर पर समझते हैं निगुणी सस्ती जी एवें कमजोर जी फल भी होनी मतलब कोई नहीं है एवं रौला रपाई है सारा। ऐसा नहीं होना चाहिए। वाहिगुरु जी का नाम वाहिगुरु जी की याद ही इन्हों पुस्तकों के जिक्र हैगी है। तो श्री गुरु ग्रंथ साहब में तो जिक्र किसी होर का है ही कोई नहीं। इतने जिक्र है ही नाम का केवल जी। नाम निदान अपार भगता मन वसै। वाहिगुरु जी का बेअंत नाम तो उसका जो खजाना रूप है शुभ गुणा का खजाना है ये प्रभु दे प्यारिया दे हिरदे विच वसदा है जी। जन्म मरण मोह दुख साधु संग नसै। मैं याद है एक दफा अगे जो आप इतने जुड़े सा तो मैं बेनती की थी उस वेले फिर प्रसंग ऐसा आया तो मैं दुरा दे हाँ गुरु नानक दे घर दे विच होर कोई किसी प्रकार की भगती प्रवान नहीं। इत्थे प्रभु नाल प्रेम करना ही भगती है प्यार करना ही भगती है प्यारा होना ही भगती है। तो प्यारिया दे प्रभु प्यारिया दे गुरु प्यारिया दे अंदर ये सारे शुभ गुण अपने आप प्रगट हो जाते ने ते जम्मन मरण उन्हों का दूर हो जाता है जी। रहाओ हाँ जी मोहे बाद अहंकार सर पर रुन्या। जेड़े सज्जन वाहिगुरु जी की सिफत सलाह विच नहीं जुड़ते कुछ होर होर करते रहते हैं वो मोह दे विच गलतान रहते ने बाद झगड़िया दे विच गलतान रहते ने। मैनू पता है जी मैनू पता है ये शास्त्री लोग की करया करते सन सिमरतियां पढ़न वाले की करया करते सन। आम तौर पर जीवन को उवें तोड़ना नहीं बल्कि ना मुकाबलेबाजी करनी भी आ मेरे नाल बैठ के गल कर तू पता लगे तेरे को ज्ञान वधेरे है कि मेरे को ज्ञान वधेरे है तू हारदा है कि मैं हारदा भला। सतगुरु कहन लगे ना झगड़िया विच की पिया होया है भला रोना ही रोना है परेशान होने वाली गल है होर कुछ नहीं है। सुख ना पाए न मूल नाम विचुन्या। जेड़े सज्जन धर्म पुस्तकां पढ़ के वाहिगुरु जी दे नाम नाल नहीं जुड़दे जीवन नूं उवें ढालदे नहीं हैन वो सुख ना पाए न मूल वो राई पर भी सुख नहीं पाउंदे उन्हां दे अंदर टिका नहीं हुंदा उन्हां दा जीवन उच्चा नहीं उठदा। सिर्फ नाम विछुने वाहिगुरु जी दे नालों टुट के उसकी याद नालों टुट के भुला के मेरी मेरी तार बंधन बंदिया। बस इन्हां गल्लां दे विच तां सिर्फ मेरी मेरी हुंदी है ते ए सारे बंधन ही बंधन ने होर कुछ नहीं है। नरक सुरग अवतार माया धंदिया। लालू जी आए बालू जी आए कृष्णा जी आए तिने विद्वान पंडित सन ते आए पता किथे श्री हरिमंदर साहब दे विच आए। सतगुरु महाराज गुरु अर्जन साहब जी बैठे हुए सजे हुए संगतां बैठिया हुई ते गुरु साहब बचन करते ने यह तिने सज्जन हाथ जोड़ खड़ोते ते इन्हां ने आके आखिया पातशाह असी एक गल वेख के बड़े हैरान हाँ भाई असी वेदा वेदा के ज्ञाता असी सिमरतियां शास्त्रा के ज्ञाता असी सब कुछ करने वाले लोगों सुनाने वाले चर्चा करने वाले लोग अश अश करते हैं सानू सुन के बल्ले बल्ले जी बल्ले बल्ले कमाल कर दी पंडित जी ने कहते पर असी एक गल महसूस की है तो सिख तो ऐसा करते ही कुछ नहीं है ना ये वेद पढ़ते ने ना सिमरतियां पढ़ते ने ना ये शास्त्र पढ़ते ने ना जिहड़े असीं कर्मकांड आखे ने वह कर्मकांड करते ने ऐसा कुछ भी नहीं करते। पर एक कमाल की गल है कि तुहाडे सिखां दे अंदर ना शांति बड़ी है सिखण के मन वरता शांत इत्थे शांति भी वसदी है। फिर असीं इहो महसूस करते हाँ कि तुहाडे सिख तां ना विच विच करामाती भी हैगे ने
अजमत जुत लहे दर्शांत, इन्हां दे दर्शन हुंदे ने, इह अजमत ही सानू नजर आउंदे ने। पातशाह कमाल दी गल इह है, इह जिहड़ियां असी धर्म पुस्तकां पढ़दे हां उह बिल्कुल नहीं पढ़दे, इह केवल तुहाडे नाल जुड़े होए ऐसे ऐसे जीवन वाले हो गए ने। पहली गल तां इह है कि हमको इह तुम फर्क बतावो, जिहड़ा मार्ग साडा है ना वेदां शास्त्रां सिमरतियां वाला, ते जिहड़ा मार्ग तुहाडा है गुरमत मार्ग। पहली बेनती तो यह है कि सानू ना यह फर्क दसो, तो दूजी गल यह है कि फर्क दस के ना निज सिखण कै संग मिलावो। असी भी तुहाडे सिख बनना चाहते हैं, असी हरेक मनुख चाहता है मेरे अंदर शांति हो जाए, हरेक मनुख चाहता है मेरे अंदर टिका होवे। जिहड़े बंदे दे अंदर शांति नहीं, जिथे जाके ना उखड़िया बैठेगा की करेगा, उथे उखेड़ेगा ही ना बाकियां नूं, समाज नूं भी उखेड़ेगा, सरकार नूं भी उखेड़ेगा, संसार नूं भी उखेड़ेगा, सारे कुछ की करेगा वो। असीं भी तुहाडे सिख बनना चाहते हैं तां कि साडे अंदर ना शांति वस जाए। गुरु पातशाह जी ने ना फिर प्यार नाल समझाया, कहन लगे पंडित जी तुसीं याद करो हाँ जदों तुसीं काशी गए सी पढ़न वास्ते गए सी, ते भावना कहड़ी लै के पढ़न गए सी। कहिंदे पातशाह तुसीं हुक्म करो। महाराज कहन लगे तुसीं गए सो वेदी बनन वास्ते, वेद पाठी बनन वास्ते। वेद पाठी बन के तुसीं की करना चाहते सो, लोगों नूं सुनाउणा चाहते सो, लोगों नूं प्रभावित करना चाहते सो, ते प्रभावित करके की करना चाहते सो, भई इह साडे ते खुश हो के ना सानू वधेरे माया देन। कहन लगे इही मंतव रहा ना, कथा करत धन में मन रहे। कहिंदे ने इत्थों ही उखड़ गए तुसीं, वेद पढ़दे काशी चले जांदे इस लई पढ़दे कि वेदां दे विच हुक्म की है ते मैं उवें चलां ते शायद तुहाडे अंदर भी शांति आ जांदी। साडे गुरु के सिख जिहड़े ने ना इहनां नूं इस लई रोक दित्ता गया, तुसीं बाणी नाल जुड़ो, जो सतगुरां दे बचन ने उहनां दे नाल तुसीं जुड़ो, उहनां दा ध्यान धरो, वार वार समझण दा यतन करो। जिवें गुरु रामदास पातशाह कहिंदे ने ना, बार बार उड़ करो विचारण, शब्द पढ़दे हो ना ते वार वार उसका विचार करो, वार वार दुराई ना जाओ, वार वार विचार करो कि गुरु साहब ने यह वचन करके ना सानू कहना की चाहिया है, ते विचार करके ना अपनी मैल अंदरों दूर करो। फिर कहन लगे असी की करिए, पातशाह कहन लगे सिख जिहड़ा कुछ करदे ने तुहानू दस देंदे आ। कहन लगे हुक्म करो, मिठा बोलण अर निव चलना। वाहिगुरू, ए सिखां दे गुण ने, मिठा बोलण अर निव चलना, वंड खावना हित धर मिलना, धर्म किरत ते करन आहारा, पंचो कर्म दे सुख सारा, ए सब करो विसारो नाही, होए कल्याण ग्रस्त के माही। मिठा बोलिया करो, निम्रता विच रहा करो, वंड के खाया करो, धर्म की किरत करिया करो, सारे नाल प्यार करिया करो, तुहाडियां भी समाधियां सिखां वर्गियां लग जाया करनगियां। पर मैनूं महसूस हुंदा है कदी कदी जदों किसे नूं सिखणा दी उखड़ी हुई हालत वेखी जांदी है ना, उखड़ी हुई हालत, बई बाला कृष्णा कितने हुण आ जाण ते उह आके पुछण बई गुरु के सिखो साढ़े कोल तां इह बाणी है नहीं सी, असी इस करके उखड़े होए सां, तुहाडा तां जन्म ही बाणी बाणी दे विच होया, ते जे तुसी उखड़ गए हो ते कदी तुसां ने सोचिया कि तुहाडे जीवन च टिका आवेगा कादे नाल। असी तां उह सारा कुछ छड के बाणी दे लड़ लग गए ते असी टिक गए, ते तुसी बाणी दे नाल जुड़े होए जे किते उखड़ जाओगे तुहाडे जीवन च टिका फिर कित्थों आ सकेगा। मेरी मेरी धार बंधन बंधे आ, और जेड़े इन्हां बंधनां विच बंधे रहिंदे ने, भाई साहब जी
बेनती करदा श्रवण करवाओ गुरु साहब दा वचन। नरक स्वर्ग अवतार माया धंदिया, माया दे धंदिया विच फसे होए ना नरकां सुरगां दे चक्कर विच ही पए रहिंदे ने फिर। सोदत सोदत सोद तत विचारिया, काची दे मोह फुल बांधी सठ कठोर कुचील को ज्ञानी, तावत ब्रह्मत रहन नहीं पावत पार ब्रह्म की गत नहीं जानी। और फिर अगे चल के हजूर ने बचन किया सी पंजवें पातशाह ने अज अमृत वेले सुनिया, परमादिक शिव छंद मुनीश्वर रसक रसक ठाकुर गुण गावत, इंद्र मुनिंदर खोजते गोर धरन गगने आवत फुल तावत। और हजूर कहते ने इथे भी ब्रह्मा वर्गे शिव वर्गे मुनीश्वर सिद्ध साधिक सारे ही उस करतार दे नाल जुड़ना चाहते ने। सोधत सोधत सोध तत् विचारे आ गुरु के सिखो, तुसी किते थिड़कना जायो जे, किते थिड़कना जायो जे। केड़ी गल आखी गुरु पातशाह ने? हां जी, नाम बिना सुख नाहे सर पर हारिया। करतार दे नाल ना जुड़ोगे ते भटकोगे, डेफिनेट मुरखा जीवन हार के जाओगे। ते जे तुसी करतार दे नाल जुड़ जाओगे तुहानू होर कुछ भी करन दी लोड़ बाकी नहीं रह जाने। फिर जी आवे जाहे अनेक मर मर जन्म ते, जिहड़े सत्संग नाल नहीं जुड़दे इन्हां शुभ गुणां दे धारनी नहीं बनदे, ਉਹ ਆਉਂਦੇ ਜਾਂਦੇ ਰਹਿੰਦੇ ਨੇ ਤੇ ਜੰਮਣ ਮਰਨ ਦੇ ਭਟਕਣ ਵਿੱਚ ਬਣੇ ਰਹਿੰਦੇ ਨੇ ਪਏ ਰਹਿੰਦੇ ਨੇ। ਇਹਨਾਂ ਬੂਝੇ ਸਭ ਵਾਦ ਜੋਨੀ ਭਰਮ ਤੇ, ਔਰ ਜਦੋਂ ਇਸ ਭੇਦ ਦੀ ਗੱਲ ਨੂੰ ਨਹੀਂ ਬੁੱਝਦੇ ਤੇ ਐਵੇਂ ਝਗੜੇ ਪਾਈ ਰੱਖਦੇ ਨੇ ਇੱਕ ਦੂਜੇ ਦੇ ਨਾਲ, ਅਰਜੋਨੀ ਭਰਮ ਤੇ ਜੋਨਾਂ ਵਿੱਚ ਭਰਮਦੇ ਨੇ ਫਿਰ। ਜਿਨ ਕੋ ਭਈ ਦਿਆਲ ਤਿੰਨ ਸਾਧੂ ਸੰਗ ਪਿਆ, ਹਜ਼ੂਰ ਕਹਿੰਦੇ ਨੇ ਖੁਸ਼ਕਿਸਮਤ ਨੇ ਉਹ ਲੋਕ, ਖੁਸ਼ਕਿਸਮਤ ਜਿਨ੍ਹਾਂ ਦਾ ਮਿਲਾਪ ਗੁਰੂ ਦੇ ਨਾਲ ਹੋਇਆ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾਲ ਮਿਲਾਪ ਹੋਇਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਿਨ੍ਹਾਂ ਦਾ ਮਿਲਾਪ ਹੋਇਆ। ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ, ਮਿਲਾਪ ਹੋਣ ਦੀ ਨਿਸ਼ਾਨੀ ਹੈ ਅੰਮ੍ਰਿਤ ਹਰ ਕਾ ਨਾਮ ਤਿੰਨੀ ਜਣੀ ਜਪ ਲਿਆ, ਹੋਰ ਕੁਛ ਨਹੀਂ ਕੀਤਾ ਬਸ ਇੱਧਰ ਜੁੜ ਗਏ। ਖੋਜੇ ਕੋਟ ਅਸੰਖ ਬਹੁਤ ਅਨੰਤ ਕੇ, ਕਰੋੜਾਂ ਹੀ ਅਸੰਖਾਂ ਹੀ ਬੇਅੰਤ ਲੋਕ ਜਿਹੜੇ ਨੇ ਲੱਭਦੇ ਫਿਰਦੇ ਨੇ ਪਰਮੇਸ਼ਰ ਨੂੰ। ਇਸ ਬੁਝਾਏ ਆਪ ਨੇੜਾ ਤਿਸ ਹੀ, ਜਿਨ੍ਹਾਂ ਦੇ ਉੱਪਰ ਕਰਤਾਰ ਕਿਰਪਾ ਕਰਦਾ ਹੈ ਉਹ ਸਮਝ ਲੈਂਦੇ ਨੇ, ਜਿਸ ਵੇਲੇ ਅਸੀਂ ਉਹਦੀ ਯਾਦ ਵਿੱਚ ਜੁੜ ਜਾਂਦੇ ਹਾਂ ਅਸੀਂ ਉਹਦੇ ਨੇੜੇ ਹੋ ਜਾਂਦੇ ਹਾਂ, ਜਿਸ ਵੇਲੇ ਅਸੀਂ ਆਪਣੀ ਉਸ ਦੀ ਯਾਦ ਆਪਣੇ ਹਿਰਦੇ ਵਿੱਚੋਂ ਗਵਾ ਬਹਿੰਦੇ ਹਾਂ ਅਸੀਂ ਦੂਰ ਹੋ ਜਾਂਦੇ ਹਾਂ। ਜਿਸ ਬੁਝਾਏ ਆਪ ਫਿਰ ਨੇੜਾ ਤਿਸ ਹੈ, ਅੰਤ ਵਿੱਚ ਆ ਕੇ ਜਿਹੜਾ ਵਚਨ ਕੀਤਾ ਨਾ ਆਪਾਂ ਸਾਰਿਆਂ ਨੇ ਪਿਆਰ ਦੇ ਨਾਲ ਪੜ੍ਹਨਾ ਹੈ। ਮੈਂ ਪੜ੍ਹਨ ਤੋਂ ਪਹਿਲਾਂ ਮਾਣਯੋਗ ਪ੍ਰਧਾਨ ਸਾਹਿਬ ਦਾ, ਹੈਡ ਗ੍ਰੰਥੀ ਸਾਹਿਬ ਦਾ ਅਤਿ ਧੰਨਵਾਦੀ ਹਾਂ ਜਿਨ੍ਹਾਂ ਨੇ ਸਬੱਬ ਬਣਾਇਆ ਤੁਹਾਡੇ ਦਰਸ਼ਨ ਕਰਨ ਦੇ, ਮੈਨੂੰ ਸੁਭਾਗ ਪ੍ਰਾਪਤ ਹੋਇਆ। ਗੁਰੂ ਪਾਤਸ਼ਾਹ ਕਿਰਪਾ ਕਰਨ ਫਿਰ ਆਉਣ ਵਾਲੇ ਸਮੇਂ 'ਚ ਜਿਵੇਂ ਵੀ ਸਮਾਂ ਬਣਿਆ ਮੈਂ ਦਰਸ਼ਨ ਕਰਨ ਦਾ ਯਤਨ ਕਰਾਂਗਾ। ਬਹੁਤ ਮੈਂ ਹਾਰਦਿਕ ਤੌਰ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਵਿੱਚ ਜੁੜੇ ਹੋਏ ਸਮੂਹ ਖਾਲਸਾ ਜੀ ਦਾ, ਸੰਗਤਾਂ ਦਾ, ਗੁਰੂ ਰੂਪ ਸੰਗਤਾਂ ਦਾ ਹਾਰਦਿਕ ਤੌਰ 'ਤੇ ਮੈਂ ਧੰਨਵਾਦ ਕਰਦਾ। ਇਹ ਤਤ ਸਾਰ ਵਾਲੀ ਗੱਲ ਸਾਰੇ ਗੁਰੂ ਕੇ ਪਿਆਰ ਵਾਲੇ ਸਿੱਖ ਹਮੇਸ਼ਾ ਅਰਦਾਸ ਕਰਦੇ ਹੋਏ, ਅੱਜ ਵੀ ਅਰਦਾਸ ਕਰਦੇ ਹੋਏ ਆਖੋ ਜੀ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ। ਹੇ ਵਾਹਿਗੁਰੂ ਜੀ ਕਿਰਪਾ ਕਰੋ, ਮੈਂ ਤੁਹਾਡੇ ਪਾਸੋਂ ਇਹ ਮੰਗ ਕਰਦਾ ਆਪਣਾ ਨਾਮ ਦਿਓ, ਆਪਣੀ ਯਾਦ ਬਖਸ਼ੋ। ਹੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਮੈਂ ਦਿਨ ਰਾਤ ਤੁਹਾਡੇ ਗਾਉਣ ਗੁਣ ਗਾਉਂਦਾ ਰਹਾਂ, ਇਹੀ ਮੈਨੂੰ ਇੱਕ ਚਾਅ ਹੈ, ਬਾਕੀ ਸਾਰਾ ਕੁਝ ਤੁਸਾਂ ਨੇ ਬਖਸ਼ਿਆ ਹੈ, ਇਹਦੇ ਨਾਲ ਜੁੜ ਕੇ ਸਾਰੀਆਂ ਬਖਸ਼ਾਂ ਮੈਨੂੰ ਪ੍ਰਾਪਤ ਹੋ ਜਾਣਗੀਆਂ, ਪਰ ਇਹ ਮੇਰੇ ਕੋਲ ਜ਼ਰੂਰ ਰਹਿਣਾ ਚਾਹੀਦਾ ਹੈ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ, ਮੈਂ ਦੀਜੈ ਨਾਮ ਨਿਵਾਸ
हरिगुण गाव सी। एक बेरा फिर पढ़ दियो जी। विसर नाही दातार अपना नाम दे गुण गावा दिन रात नानक चाओ ए वाहिगुरु जी का खालसा वाहिगुरु जी की फतेह। वैसे तो सिखी दे गौरव में इतिहास च गुरु ते गुरु सिख दी प्रीत दिया अनेक ही साखियां मौजूद हैं, पर जम्मण मरण दे बंधन तो मुक्त गुरु प्रीत दी साखी वो शायद भी विरली ही होगी। गुरुद्वारा अंब साहब ना सुन के ये अंदाजा तो हो ही जाता है कि इतिहास जरूर अंब नाल जुड़िया होना है, पर असलियत की है ये तो